लो भाई जी, सवेर सवेर दी घड़ी आ, ठंड बड़ी आ, जोड़ा च बड़ी आ, पर थोड़े वीर दी भी अड़ी आ, भावें ठंड बड़ी आ, वीडियो बननी बननी क्योंकि पिछे मेरी फैमिली खड़ी आ और जेदी वजह तो गुड्डी चढ़ी आ। सो भाई जी, मी आवे नेरी आवे तुसी परेशान नहीं होना, थोड़ा वीर हड्डा पैरां ते कायम आ, इसे छत उत्ते खड़ो के अपडेटिंग करेगा, जो आप कर रहा वो दिखाएगा इनशाला। थोड़ी मुहब्बत ए भाई जी चढ़दी कला च रहन, सारे वीर जिहड़े मुहब्बत करदे आ पूरी दुनिया च जिथे जिथे बैठे आओ, थले जाके थोनू दिखाउणा लोकी किदां कुंगड़े बैठे आ। भाजी अज मैनू कुछ समझ नहीं आ रही, मैं किहदे कोल बवां किहदे कोले ना बवां, ते किहड़ा बैन दवे ते किहड़ा ना बैन दवे, की रौला की होया पिया ए। यार वैसे बहुत ही मंदा हो गया, बहुत ज्यादा ही मंदा हो गया भाई, तुसीं देख लो छाबा भरिया पिया मिर्चा दा, अदरक दा, ऊई टमाटरां दा। भाई तू ही कोई पढ़ पुढ़ लै, को फूक फाक मार कोई भाई, कोई आवाम बड़ी मारी दी है, है? तो हुन अल्लाह तरफ गाह काटो तो फिर आपां की कर सकदे ए भी गल तेरी सही आ। वैसे अदरक दा रेट की चल गया, 500 किलो हो गया, बंदा कोई आवे ना आवे इहदा रेट चढ़ी जाना है, हैना? नहीं हुन तां डाउन हो गया, 600 हो गया भाई, 450 ते आया होया सी ए, भाई 350 तो फिर 600 हो गया सी। ओए होए, हालांकि इन्नी ठंड पैण दई आ ना, कोई इहनू इह आ वी बिक्री वाली अग लगी पई आ, ਤਾਂ ਵੀ ਰੇਟ ਤਾਂ ਠਾਂ ਹੋ ਰਹੇ ਆ। ਇਹ ਮਿਰਚਾਂ ਦੇਸੀ ਆ, ਪਿਓਰ ਪਿਓਰ ਦੇਸੀ ਮਿਰਚਾਂ ਭਾਈ, ਹਾਂ ਪਿਓਰ ਦੇਸੀ ਨਹੀਂ ਹੈਗੀ ਬਾਈ ਜੀ, ਵਿੱਚ ਥੋੜੀ ਬਹੁਤੀ ਕਹਿ ਲਓ ਕਿ 2 ਨੰਬਰੀ ਵੀ ਹੈਗੀ ਆ, ਹੈਗੀ ਆ ਬਾਈ, ਹੈਗੀ ਆ। ਤੇ ਲਸਣ 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 550 ਰੁਪਏ ਕਿਲੋ, 500 ਰੁਪਏ ਕਿਲੋ, ਦੋ ਤਰ੍ਹਾਂ ਦਾ ਪਿਆ, ਦੋ ਤਰ੍ਹਾਂ ਦਾ ਲਸਣ ਆ, ਇੱਕ 500 ਰੁਪਏ ਕਿਲੋ, ਇੱਕ 550 ਰੁਪਏ ਕਿਲੋ। ਬਜ਼ੁਰਗਾਂ ਨੇ ਆਵਾਜ਼ ਮਾਰੀ ਆ, ਮੈਨੂੰ ਲੱਗਦਾ ਕੋਈ ਇਸ਼ਾਰ ਆਏ ਆ ਤਾਜ਼ੇ ਤਾਜ਼ੇ ਜ਼ੇਨ ਵਿੱਚ। ਅਸਲਾਮ ਅਲੈਕੁਮ, ਅਰਸ਼ਾਦ ਫਰਮਾਓ ਜੀ। ਹੋਰ ਸਰਦਾਰਾਂ ਵਾਲੀ ਗੱਲ ਸੁਣੀ ਹੋਈ ਜੀ, ਜਿਹੜਾ ਗੱਡਾ ਫਸ ਗਿਆ ਸੀ? ਹਾਂਜੀ ਉਹ ਸੁਣੀ ਹੋਈ ਹੈ ਜੀ। ਨਵੀਂ ਹੈ ਜੀ, ਸਰਦਾਰ ਪੀਰ ਗੋਲੜੇ ਸ਼ਰੀਫ ਵਾਲੇ, ਪੀਰ ਗੋਲੜਾ ਸ਼ਰੀਫ, ਹਾਂਜੀ ਪੀਰ ਮੇਹਰ ਅਲੀ ਸ਼ਾਹ ਸਾਹਿਬ, ਪੀਰ ਮੇਹਰ ਅਲੀ ਸ਼ਾਹ ਸਾਹਿਬ। ਗੱਲ ਸੁਣ ਕੇ ਬਾਈ ਜੀ, ਪੀਰ ਮੇਹਰ ਅਲੀ ਸ਼ਾਹ ਸਾਹਿਬ ਦੀ ਗੱਲ ਸੁਣਾਉਣ ਲੱਗੇ ਆ ਬਜ਼ੁਰਗ। ਬਜ਼ੁਰਗਾਂ ਨੂੰ ਰਾਤ ਨੂੰ ਖਾਬ ਆਈ, ਥੋੜਾ ਜਿਹਾ ਉੱਚੀ ਖਾਬ। ਅੱਛਾ, ਬਜ਼ੁਰਗਾਂ ਨੂੰ ਵਲੀਆਂ ਨੂੰ ਜਦੋਂ ਖਾਬ ਆਉਂਦੀ ਸੱਚੀ ਆਉਂਦੀ ਹੈ। ਪੀਰ ਕਲਿਆਮ ਸ਼ਰੀਫ ਵਾਲੇ ਜਿਹੜੇ ਸਨ, ਉਹਨਾਂ ਨੇ ਫਰਮਾਇਆ ਕਿ ਸਵੀਰੇ ਮੀਆਂ ਮੈਂ ਫੌਤ ਹੋ ਗਿਆ ਤੇ ਮੇਰਾ ਆ ਕੇ ਜਨਾਜ਼ਾ ਪੜਾ ਦਿਓ। ਅੱਛਾ, ਪੀਰ ਮੇਹਰ ਅਲੀ ਸ਼ਾਹ ਸਾਹਿਬ ਨੂੰ ਖਾਬ ਆਈ, ਪੀਰ ਕਲਿਆਮ ਸ਼ਰੀਫ ਵਾਲੇ ਫੌਤ ਹੋ ਗਏ ਕਿ ਮੇਰਾ ਜਨਾਜ਼ਾ ਪੜਾ ਦਿਓ। ਸਵੇਰੇ ਪੀਰ ਮੇਹਰ ਅਲੀ ਸ਼ਾਹ ਸਾਹਿਬ ਚੱਲ ਪਏ, ਸਫ਼ਰ ਕੀਤਾ ਸਾਰਾ ਦਿਨ, ਅਸਰ ਦੇ ਟਾਈਮ ਉੱਥੇ ਪਹੁੰਚੇ ਤੇ ਉਹ ਆਪਣੇ ਪਿੰਡ ਤੋਂ ਬਾਹਰ ਹੀ ਖਲੋਤੇ ਸਨ, ਪੀਰ ਕਲਿਆਮ ਸ਼ਰੀਫ ਵਾਲੇ। ਹਾਂਜੀ, ਅੱਛਾ, ਆਪਨੇ ਫਰਮਾਇਆ ਵੀ ਤੁਸਾਂ ਮੈਨੂੰ ਕਿਹਾ ਵੀ ਮੇਰਾ ਜਨਾਜ਼ਾ ਪੜਾ ਦਿਓ, ਫੌਤ ਹੋ ਗਿਆ, ਤੁਸੀਂ ਤਾਂ ਖਲੋਤੇ ਹੋ ਇੱਥੇ ਬਾਹਰ ਜਿੰਦਾ ਸਲਾਮਤ। ਤੇ ਕਲਿਆਮ ਸ਼ਰੀਫ ਵਾਲੇ ਕਹਿੰਦੇ ਨੇ, ਸੈਯਦ ਮੇਰੀ ਮਈਅਤ ਤਾਂ ਘਰ ਪਈ ਹੈ, ਮੈਂ ਤਾਂ ਤੇਰਾ ਜਿਹੜਾ ਨਾ ਇਸਤਕਬਾਲ ਕਰਨ ਵਾਸਤੇ, ਸੁਭਾਨ ਅੱਲਾ, ਵੀ ਸੈਯਦ ਮੇਰਾ ਜਨਾਜ਼ਾ ਪੜਾਉਣ ਵਾਸਤੇ ਆ ਰਿਹਾ ਤੇ ਮੈਂ ਉਹਦੇ ਇਸਤਕਬਾਲ ਵਾਸਤੇ ਆਇਆ। ਰੂਹ ਆਈ ਖੜੀ ਸੀ, ਰੂਹ ਆਈ ਖੜੀ ਹੈ। ਇਹ ਪੀਰਾਂ ਦੀਆਂ ਗੱਲਾਂ ਜਿਹੜੀਆਂ ਨਾ ਅੱਲਾ ਵਾਲਿਆਂ ਦੀਆਂ, ਇਹ ਅੱਲਾ ਵਾਲੇ ਜਾਣ, ਸ਼ਾਨ ਬਿਆਨ ਕੀਤੀ ਸੈਯਦ ਦੀ ਜ਼ਾਤ ਦੀ, ਤੇ ਹੁਣ ਵਾਲੇ ਸੈਯਦ ਕਿਹੜੇ ਬਣੇ ਨੇ? ਕਹਿੰਦੇ ਨੇ ਜੀ ਬਹੁਤੇ ਸੈਯਦ ਬਣ ਗਏ ਯਾਰੋ, ਪਾਕਿਸਤਾਨ ਜਾ ਕੇ ਮੁਰਗ ਪਲਾਓ ਖੂਬ ਨੇ ਕਹਿੰਦੇ ਵੱਲ ਮਰੀਦਾਂ ਜਾ ਕੇ। ਇਹ ਹੁਣ ਵਾਲੇ, ਗੱਲ ਸਰੀ ਖਰੀ ਹੈ, ਬਿਲਕੁਲ ਖਰੀ ਕੀਤੀ, ਉਹ ਪੀਰ ਸਨ, ਉਹ ਸੈਯਦ ਸਨ, ਬਿਲਕੁਲ, ਜਿਹੜੇ ਮਤਲਬ ਖਾਬ ਵੀ ਉਹਨਾਂ ਦੀ ਸੱਚੀ। ਅੱਗੋਂ ਹੁਣ ਮੈਂ ਦੂਸਰੀ ਗੱਲ ਨਹੀਂ ਕਹਿੰਦਾ ਇਹਨਾਂ ਪੀਰਾਂ ਦੇ ਬਾਰੇ, ਨਹੀਂ ਬਸ ਅੱਲਾ ਮਾਫ ਕਰੇ। ਹਾਂਜੀ, ਇਹ ਪੀਰ ਬਹੁਤੇ ਬਣੇ ਹੋਏ ਨੇ, ਸਿਰਫ ਕੰਮ ਇਹੋ ਹੀ ਹੈ ਖਾਣ ਪੀਣ, ਖਾਣ ਪੀਣ ਦਾ। ਅੱਲਾ ਮਾਫ, ਇਹ ਰੂਹਾਂ 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 ਵਾਲੀਆਂ ਗੱਲਾਂ ਜਿਹੜੀਆਂ, ਸੈਯਦ ਦੀ ਜ਼ਾਤ, ਸੈਯਦ ਦੀ ਜ਼ਾਤ। ਇਹ ਆ ਲਓ, ਕੋਈ ਗੱਲ ਨਹੀਂ, ਚੱਲਣ ਦਿਓ, ਗਾਹਾਂ ਜਾਂਦੇ ਆ ਬਾਈ ਜੀ। ਕੀਮਤੀ ਅਲਫਾਜ਼ ਬਜ਼ੁਰਗਾਂ ਨੇ ਦੱਸਣੇ ਹੁੰਦੇ ਬਾਈ ਜੀ। ਗਾਜਰਾਂ ਅੱਜ ਕਿਵੇਂ ਲਾਈਆਂ? ਗਾਜਰ ਪਾਈ ਜਾਂ 200 ਰੁਪਏ ਦੀ 5 ਕਿਲੋ। ਮੈਂ ਕਹਿੰਦਾ ਜਿਵੇਂ ਲਾਈਆਂ ਉਵੇਂ ਹੀ ਪਈਆਂ ਲੱਗਦਾ। ਨਹੀਂ ਜੀ, ਉਵੇਂ ਕੋ ਪਈਆਂ, ਮਾਸ਼ਾਅੱਲਾ ਗਾਜਰਾਂ 20 ਥੱਲੇ ਲਾਏ ਸੀਗੇ ਜੀ। ਅੱਛਾ ਜੀ, ਹਾਂਜੀ, ਅੱਧੀ ਤੋਂ ਜ਼ਿਆਦਾ ਵੇਗੀ ਆ ਮਾਸ਼ਾਅੱਲਾ, ਅੱਧੀ ਤੋਂ ਜ਼ਿਆਦਾ ਵੇਗੀ ਆ। ਹਾਂਜੀ, ਘੱਟ ਕਰਕੇ ਵੇਚੀ ਆ? ਨਹੀਂ ਜੀ, ਪੂਰੇ ਠੋਕਵੇਂ ਰੇਟ ਤੇ 200 ਰੁਪਏ ਦੀ ਗਾਜਰ। ਤੇ ਬਾਈ ਅੱਗੇ ਲੋਕੀ ਪਿੱਟੀ ਜਾਣਦੇ, ਅੱਜ ਗਾਹਕ ਕੋਈ ਨਹੀਂ, ਗਾਹਕ ਕੋਈ ਨਹੀਂ, ਮਤਲਬ ਮੰਦਾ ਆ ਅੱਜ। ਠੀਕ ਹੋ ਗਿਆ ਬਾਈ ਜੀ, ਠੀਕ ਹੋ ਗਿਆ।
सुनाओ चोरी साहब खीर का, ये मैं कहना यदा मुरब्बा पवा दो खीरे का। हाँ सिरके वाला भाई जी ए मुरब्बा पवा लो, ये विकना वुकना तो मैं लगता जिमें ही आ गां शामी खड़ा आ भाई जी अपने हाथ बन के। सुनाओ शामी साहब ठीक ठाक शुक्र अल्लाह तुसी देखो भाई जी एने माड़े दिन आए आ। पोलो दी जर्सी पाई आ, थले चंगा वाशिंग वेयर दा सूट पाया, उत्ते उन्न वाली टोपी लई आ, इहदे ते माड़े दिन आ, थले बूट भी घट नहीं आ भाई जी, स्नेकर पाए आ भाई ने। आजी तू आजी सफदर आलू किए पाए आ? आलू 200 दे 5 किलो भाजी, 200 दे 5 किलो। मंडी दी सूरत हाल की सी? मंडी सूरत हाल ठीक सी आजी। आज ठीक सी आज गाय बोले सी ते एदे अल वावा सी, एदे अल वावा गाक सी ना आज। आ डड़े लगे पैने साडे चो सुन ना आ, एदे अल वावा गाक सी आज। शुक्र अल्लाह दा लाख लाख वारी। माशाल्लाह माशाल्लाह, देखो भाई हुणी शुकर मालक दी जात दा करदे आ, और माल भी विकिया पिया वा। क्यों भाई? हां जी अल्लाह दी करम नवाजी आ है। अज तां पल्ले ही पई जांदे कावे कूवे पी के। हैं की करिए हैं? प्रोग्राम बढ़िया पिया, प्रोग्राम बढ़िया पिया, वाह बार चौदे दे विच कोई निकलदा नहीं, करो बार हाय फिर की करिए, उड़े वे काम चलदा। देखो मौसमियां किड्डियां सोहणियां लाइयां चाचे ने। मौसमी की रेट पाया? 50 रुपए किलो। ते केला की दर्जन? केला 60 रुपए, 50 रुपए, 80 रुपए। अच्छा अच्छा ग्रेट, ए मेरी दुकान तो लियांता जेड़ा ओही पिया हले? नहीं ये होर है, ये होर आ। की रेट विच ही आने? ये 150 तड़ी के जरूर 100 भी दे दीदा। 100 भी विच ही आना, 100 दा 5 किलो 20 रुपए किलो ग्रेट फ्रूट भाई, जेड़ा हुण पक्केया खाण वाला हुण होया। चाचा गुलामे शहर च लून लीक की जा रहे भाई? हां जी किवें जा रही लून लीक तेरी? ਕਿਹੜੇ ਸ਼ਹਿਰ ਚ? ਚਿਸ਼ਤੀਆਂ ਦੇ ਵਿੱਚ। ਦੇਖੋ ਚਾਚਾ ਜੀ ਆਪਾਂ ਨੂੰ ਨਹੀਂ ਪਤਾ ਨੂਨ ਲੀਗ ਕਿੱਥੇ ਜਾ ਰਹੀ, ਤੇ ਆਪਾਂ ਨੂੰ ਨਹੀਂ ਪਤਾ ਪੀਟੀਆਈ ਕਿੱਥੇ ਜਾ ਰਹੀ ਆ, ਤੇ ਨਹੀਂ ਆਪਾਂ ਨੂੰ ਪਤਾ ਸਪੋਰਟ ਕਿੰਨੀ ਕਰ ਰਿਹਾ ਭਾਈ। ਹੈ ਤੂੰ ਸਪੋਰਟ ਕਿੰਨੀ ਕਰ ਰਿਹਾ? ਮੈਂ ਸਪੋਰਟ ਹੱਕ ਅੱਲਾ ਦੀ, ਜਿਹੜਾ ਬੰਦਾ ਹੱਕ ਅੱਲਾ ਦੀ ਗੱਲ ਕਰੇਗਾ ਬਸ। ਈਆ ਕਨਾਬ ਦੁਆਈਆ ਕਨਸਤਾਈਨ ਅਲਹਮਦੁਲਿਲਾ ਜੀ। ਹਾਂਜੀ ਬਾਈ ਜੀ ਇੱਧਰ ਵੀ ਆ ਗਿਆ ਬੰਦਾ। ਸਹੀ ਹੈ ਬਾਈ, ਹੁਣਾਂ ਨੂੰ ਹੈਪੀ ਟੂ ਯੂ ਰਹਿਣ ਦਿਓ। ठंडी मंडी दी समझ ही कोई नहीं आ रही भाई जी, होया की पिया वा, कोई समझ नहीं आ रही। चाचे को पूछते हैं, सुना चाचा को समझ आ रही है? कोई समझ नहीं आ रही जी, आज दिन दसवां हो गया, आज दसवां दिन है ते कोई हाल नहीं, कोई हाल नहीं। देखो दड़े लगे पे, इथों दी लंघ के जावांगा तुहानू दिखाना सौदे भाई, कोई नहीं विके एवें थोनू झूठ बोलिए भी अरे खड़ा मारिए। लाहौर तिकर यह हाल होया पिया भी, मौसम दी वजह जिथे कोई खड़ा उथे ही खड़ा। ਲੋਕੀ ਆਪਣੀਆਂ ਰਜ਼ਾਈਆਂ ਚੋਂ ਨਿਕਲਣਗੇ ਤੇ ਭਾਈ ਜੀ ਖਰੀਦਦਾਰੀਆਂ ਕਰਨਗੇ ਨਾ, ਐਵੇਂ ਗੱਲ ਉਸਤਾਦ। ਹਾਂਜੀ ਐਵੇਂ ਗੱਲ ਆ। ਇਹ ਦੇਖ ਲਓ ਇੱਥੇ ਇੱਥੇ ਉਂਝ ਇਹ ਹੱਲੇ ਬੜਾ ਵਿਕ ਗਿਆ, ਬੜਾ ਵਿਕ ਗਿਆ, ਤਾਂ ਵੀ ਬਾਈ ਜੀ ਇਹ ਸਾਰਾ ਪਿਆ, ਉਹ ਪਿਆ, ਮੇਰੇ ਵਾਲਾ ਪਿਆ ਬਾਈ ਜੀ। ਸੂਰਤ ਹਾਲ ਇਹ ਆ, ਦੇਖੋ ਜੇ ਕਿਸੇ ਨੇ ਕਿੰਨੂ ਵੀ ਖਾਣਾ ਆ ਨਾ ਬਾਈ, ਸੇਕਾ ਦੇ ਕੇ ਕਿੰਨੂ ਨੂੰ ਗਰਮ ਕਰਕੇ ਫਿਰ ਖਾਣ ਦੀ ਹਿੰਮਤ ਪੈਂਦੀ ਆ, ਇਹ ਸੂਰਤ ਹਾਲ ਹੋਈ ਪਈ ਆ। ਤੁਹਾਨੂੰ ਕੀ ਦੱਸੀਏ, ਇਹ ਉਂਜੀ ਵਾਪਸ ਬੰਦ ਕਰਤੀਆਂ, ਇੱਕ ਨਹੀਂ ਵਿਕੀ ਬਾਈ ਜੀ, ਆਹ ਸੂਰਤ ਹਾਲ ਹੋਈ ਪਈ ਆ, ਮਰਨ ਹੋ ਗਿਆ ਮਰਨ। ਆਹ ਦੇਖ ਲਓ ਮੇਰੇ ਵਾਲਾ ਵੀ ਪਿਆ ਬਾਈ ਜੀ, ਸਾਰਿਆਂ ਦਾ ਹੀ ਪਿਆ। ਮੈਂ ਤਾਂ ਦੱਸੀ ਜਾਂਦਾ ਬਾਈ, ਲੋਕੀ ਘਰੋਂ ਨਿਕਲਣਗੇ ਤਾਂ ਬਾਈ ਜੀ ਸੌਦੇ ਵਿਕਣਗੇ। ਹਾਂਜੀ ਅੱਛਾ ਅੱਛਾ, ਇੱਧਰ ਇਹਨੂੰ ਇਧਰ ਸੁਣੇ, ਅੱਗ ਸੇਕੋ ਮੇਰਾ ਪੁੱਤ, ਰੋਟੀ ਖਾਓ ਤੇ ਘਰ ਨੂੰ ਜਾਓ। ਇਹ ਰਾਮਿਆਂ ਦੀ ਦੁਕਾਨ ਤੇ ਬਾਈ ਜੀ ਇੱਕ ਗੱਡੀ ਵੇਗੀ ਸੀ, ਇੱਕ ਗੱਡੀ ਦਾ ਅੱਧਾ ਮਾਲ ਉਹ ਬਚਿਆ ਪਿਆ, ਤੇ ਕੋਈ 6 ਟਾਪੇ ਬਚੇ ਹੋਏ ਆ। ਵੋ ਜੁਗਨੀ ਜੋ ਮੁਜਰਮ ਪਕੜ ਕੇ ਰੱਖਾ ਹੋਇਆ, ਵੋ ਹੀ ਨਾ ਹਮਜ਼ਾ ਜੁਗਨੀ, ਇਸਕਾ ਕਰੇ ਜੀ, ਇਸਕੇ ਸਾਥ ਜੋ ਇਸਕੋ ਗਾਈਡ ਕਰਤਾ ਹੈ, ਵੋ ਧਮਕੀਆਂ ਦੇ ਰਿਹਾ ਜੀ, ਜੋ ਮੇਰਾ ਪੱਟ ਸਕਤੇ ਹੈ ਪੱਟ ਲਓ ਜੀ।